ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਜਸ ਸਿੱਧੂ ਐਂਡ ਮੇਰੇ ਨਾਲ ਨੇ ਮਨਪ੍ਰੀਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਕਿੱਦਾਂ, ਸਾਰੇ ਠੀਕ ਠਾਕ ਹੋ? ਤੁਹਾਡੇ ਲਈ ਨਵਾਂ ਚੈਨਲ ਲੈ ਕੇ ਆਏ ਜੀ ਵਲੌਗ ਦਾ, ਅਤੇ ਸਾਰੇ ਜਾਣੇ ਜ਼ਰੂਰ ਸਬਸਕ੍ਰਾਈਬ ਕਰਿਓ ਚੈਨਲ ਨੂੰ ਆਪਣੇ ਨੂੰ, ਠੀਕ ਹੈ ਜੀ। ਜਸ ਸਲੀਣਾ ਵਲੌਗ ਚੈਨਲ ਦਾ ਨਾਮ ਆ ਜੀ, ਠੀਕ ਹੈ ਜੀ। ਅਤੇ ਸਾਰੇ ਜਣਿਆਂ ਨੇ ਜ਼ਰੂਰ ਜੁੜਨਾ, ਕਿਉਂਕਿ ਇਸ ਉੱਤੇ ਅਸੀਂ ਹੁਣ ਰੈਗੂਲਰ ਵਲੌਗ ਦੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਆਪਣੀਆਂ। ਅਤੇ ਸਾਰੇ ਜਣੇ ਜਿਹੜੇ ਪਹਿਲੀ ਵਾਰ ਦੇਖ ਰਹੇ ਆ, ਜ਼ਰੂਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਈ ਜੀ, ਹੈ ਨਾ, ਠੀਕ ਆ। ਅਤੇ ਅਸੀਂ ਆਏ ਹੋਏ ਸੀਗੇ ਇੱਥੇ ਘਰ ਦੇ ਬੈਕ ਸਾਈਡ। ਕੁਛ ਯਾਦ ਆਇਆ ਮਨਪ੍ਰੀਤ ਸਰੋਂ ਨੂੰ ਦੇਖ ਕੇ? ਆਹ ਸਾਡੇ ਨਾਲ ਛੋਟੀ ਜਿਹੀ ਗੁੱਡੀ ਆਈ ਹੋਈ ਆ, ਓਏ ਜੈਸਰੀਨ ਕੰਮ। ਇਹ ਮੇਰੀ ਵੱਡੀ ਸਿਸਟਰ ਦੀ ਬੇਟੀ ਆ, ਇਹ ਜੈਸਰੀਨ ਕੌਰ। ਮੇਰੀ ਬੇਟੀ ਦਾ ਨਾਮ ਹੈਗਾ ਐਸ਼ਰੀਤ ਕੌਰ ਸਿੱਧੂ, ਠੀਕ ਹੈ ਜੀ। ਸਰੋਂ ਆਪਾਂ ਵੱਢ ਲਈ ਆ, ਪਹਿਲਾਂ ਤੁਸੀਂ ਸਾਡੀਆਂ ਵੀਡੀਓ ਦੇਖੀ ਹੋਣੀਆਂ, ਸਰੋਂ ਦੇ ਵਿੱਚ ਬਹੁਤ ਸੋਹਣੇ ਫੁੱਲ ਸੀਗੇ, ਅਤੇ ਸਰੋਂ ਵੱਢ ਲਈ ਆ, ਅਤੇ ਹੁਣ ਵੱਢ ਕੇ ਰੱਖੀ ਹੋਈ ਆ, ਸੁੱਕੀ ਹੋਈ ਆ, ਅਤੇ ਥੋੜ੍ਹੀ ਜਿਹੀ ਗਿੱਲੀ ਆ ਹਾਲੇ। ਇਹਦਾ ਇੱਕ ਸਾਈਡ ਗਿੱਲੀ ਹੈਗੀ ਆ, ਇਹਨੂੰ ਪਲਟੀ ਲਵਾਵਾਂਗੇ ਆਪਾਂ, ਹੈ ਨਾ ਮਨਪ੍ਰੀਤ, ਪਲਟੀ ਲਵਾ ਪਾਣ ਦੀ। ਓਏ ਕਾਕੀ, ਢਲਦੀ ਸ਼ਾਮ ਆ ਜੀ, ਆਥਣ ਦਾ ਟਾਈਮ ਆ, ਅਤੇ ਮਨਪ੍ਰੀਤ ਹੁਣ ਕੀ ਕਰਨਾ ਸੀ ਤੇਰੇ ਜਾ ਕੇ? ਤੁਸੀਂ ਹਾਂ ਰੋਟੀ ਬਣਾਉਣੀ ਆ, ਦਿਨ ਖੜਾ ਵੇਖੋ ਵੱਡਾ, ਟਾਈਮ ਨਾਲ ਰੋਟੀ ਬਣਾ ਕੇ ਟਾਈਮ ਨਾਲ ਹੀ ਖਾ ਲਈ ਦੀ ਆ, ਮਗਰ ਫੈਟ ਨਹੀਂ ਚੜ੍ਹਦੀ, ਹੈ ਨਾ, ਠੀਕ ਹੈ ਜੀ। ਅਤੇ ਅਸੀਂ ਇੱਧਰ ਬੈਕ ਸਾਈਡ ਵੈਸੇ ਆਏ ਸੀਗੇ, ਕੋਈ ਇੱਦਾਂ ਮੂਡ ਨਹੀਂ ਸੀਗਾ ਬਣਾਉਣ ਦਾ ਵੀਡੀਓ, ਅਤੇ ਅਸੀਂ ਸੋਚਿਆ ਯਾਰ ਆਹ ਮੇਰੇ ਕੋਲ ਸੀਗਾ ਜੇਬ 'ਚ ਸੈਲਫੀ ਸਟੈਂਡ, ਅਤੇ ਮੈਂ ਕਿਹਾ ਚੱਲ ਤੁਹਾਡੇ ਨਾਲ ਵੀਡੀਓ ਬਣਾ ਕੇ ਸ਼ੇਅਰ ਕਰ ਦਈਏ। ਰਿਕੁਐਸਟ ਕਰ ਦਈਏ ਸਾਰਿਆਂ ਨੂੰ ਕਿ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਜਸ ਸਲੀਣਾ ਵਲੌਗ ਇਹ ਆਪਣਾ ਚੈਨਲ ਆ ਨਵਾਂ। ਅਤੇ ਪ੍ਰੋਬਲਮ ਇਹ ਹੁੰਦੀ ਆ ਕਿ ਉਸ ਚੈਨਲ ਉੱਤੇ ਵਲੌਗ ਦੀਆਂ ਵੀਡੀਓ ਪਾ ਸਕਦੇ ਹਾਂ, ਜਸ ਸਿੱਧੂ ਸਲੀਣਾ ਵਾਲਾ ਚੈਨਲ ਜਿਹੜਾ ਤੁਸੀਂ ਬੋਲੀਆਂ ਵਾਲਾ ਵੇਖਦੇ ਹੋ ਉਹਦੇ ਉੱਤੇ ਪ੍ਰੋਬਲਮ ਇਹ ਆਉਂਦੀ ਆ ਕਿ ਸਿਰਫ ਉਹ ਐਂਟਰਟੇਨਮੈਂਟ ਵਾਸਤੇ ਚੈਨਲ ਬਣਿਆ ਹੋਇਆ। ਯੂਟਿਊਬ ਦਾ ਰੂਲ ਹੁੰਦਾ ਕਿ ਉਹਦੇ ਵਿੱਚ ਹੁੰਦੇ ਆ ਕਿ ਆਪਸ਼ਨਾਂ ਹੁੰਦੀਆਂ ਨੇ, ਉਹ ਐਂਟਰਟੇਨਮੈਂਟ ਦੀ ਆਪਸ਼ਨ ਕਲਿੱਕ ਕੀਤੀ ਹੋਈ ਆ, ਕਿਉਂਕਿ ਪੰਜਾਬੀ ਬੋਲੀਆਂ ਐਂਟਰਟੇਨਮੈਂਟ ਵਾਸਤੇ ਹੁੰਦੀਆਂ ਨੇ, ਅਤੇ ਜਿਹੜਾ ਵਲੌਗ ਦੇ ਚੈਨਲ ਹੁੰਦੇ ਨੇ ਵਲੌਗ ਦੀਆਂ ਸਪੈਸ਼ਲ ਪੀਪਲ ਐਂਡ ਵਲੌਗ 'ਤੇ ਕਰਨਾ ਪੈਂਦਾ, ਹੈ ਨਾ, ਅਤੇ ਫਿਰ ਇਸ ਕਰਕੇ ਸਾਰਾ ਵਿੱਚ ਕੰਮ ਖਰਾਬ ਹੁੰਦਾ, ਇਸ ਕਰਕੇ ਅਸੀਂ ਨਵਾਂ ਚੈਨਲ ਹੀ ਬਣਾਤਾ ਤੁਹਾਡੇ ਵਾਸਤੇ। ਸਾਰੇ ਜਣੇ ਕਹਿੰਦੇ ਹੁੰਦੇ ਬਾਈ ਯਾਰ ਤੁਸੀਂ ਇਕੱਠੇ ਵੀਡੀਓ ਨਹੀਂ ਪਾਉਂਦੇ, ਇਕੱਠੇ ਵੀਡੀਓ ਨਹੀਂ ਪਾਉਂਦੇ, ਇਸੇ ਕਰਕੇ ਹੁਣ ਨਵਾਂ ਤੁਹਾਡੇ ਵਾਸਤੇ ਚੈਨਲ ਹੀ ਬਣਾਤਾ, ਅਤੇ ਇਸ ਚੈਨਲ 'ਤੇ ਹੁਣ ਸਾਰੇ ਜਣੇ ਜੁੜੋ, ਅਤੇ ਆਪਾਂ ਫਿਰ ਰੈਗੂਲਰ ਵੀਡੀਓ ਪਾਇਆ ਕਰਾਂਗੇ, ਠੀਕ ਹੈ ਜੀ। ਓਕੇ ਬਾਈ, ਸਤਿ ਸ਼੍ਰੀ ਅਕਾਲ, ਇੰਨੀ ਕੁ ਹਾਜ਼ਰੀ ਕਰਿਓ ਪ੍ਰਵਾਨ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ, ਭੁੱਲ ਨਾ ਜਾਇਓ। ਜਸ ਸਲੀਣਾ ਵਲੌਗ ਇਹ 'ਤੇ ਵਲੌਗ ਦੀਆਂ ਵੀਡੀਓ ਆਉਣਗੀਆਂ, ਅਤੇ ਜਸ ਸਿੱਧੂ ਸਲੀਣਾ ਉਹ 'ਤੇ ਪੰਜਾਬੀ ਬੋਲੀਆਂ ਦੀਆਂ ਵੀਡੀਓ ਆਉਣਗੀਆਂ, ਠੀਕ ਆ ਜੀ। ਓਕੇ, ਸਤਿ ਸ਼੍ਰੀ ਅਕਾਲ, ਲਵ ਯੂ ਆ, ਸਤਿ ਸ਼੍ਰੀ ਅਕਾਲ।